ਮੈਮ ਚਾਹ। ਬਲਜੀਤ ਅੱਧਾ ਕੱਪ। ਮੈਮ ਪੱਤੀ ਬਹੁਤ ਮਹਿੰਗੀ। ਪੱਤੀ ਮਹਿੰਗੀ ਹੋਏ ਸਸਤੀ ਹੋਏ, ਮੈਨੂੰ ਚਾਹ ਦਾ ਕੱਪ ਪੂਰਾ ਭਰ ਕੇ ਚਾਹੀਦਾ। ਇਹਦੇ ਮੈਮ ਤੁਸੀਂ ਉਹੀ ਗੱਲ ਕਰਤੀ, ਪਰਫੈਕਟਲੀ ਇਨਲਾਸਟਿਕ ਡਿਮਾਂਡ ਜਿਹੜਾ ਕਿ ਇਕਨੋਮਿਕਸ ਦਾ ਇੱਕ ਕਨਸੈਪਟ ਆ। ਉਹ ਕੀ ਹੁੰਦਾ ਸਰ? ਮੈਮ ਉਹਦੇ ਵਿੱਚ ਹੁੰਦਾ ਐਕਚੁਅਲੀ ਕੀ ਆ ਕਿ ਕੋਈ ਵੀ ਚੀਜ਼ ਆ ਜਿੰਨੀ ਮਰਜ਼ੀ ਮਹਿੰਗੀ ਹੋ ਜਾਵੇ, ਭਾਵੇਂ ਜਿੰਨੀ ਮਰਜ਼ੀ ਮਹਿੰਗੀ ਹੋਵੇ, ਉਹਦੀ ਜਿਹੜੀ ਕੁਆਂਟਿਟੀ ਆ ਉਹਦੀ ਮਾਤਰਾ ਦਾ ਜਿਹੜੀ ਆਪਾਂ ਕੰਜ਼ਿਊਮ ਕਰਦੇ ਉਹ ਨਹੀਂ ਅਸੀਂ ਘਟਾਉਂਦੇ। ਹੁਣ ਜਿਵੇਂ ਤੁਸੀਂ ਕਹਿੰਦੇ ਸੀ ਪੱਤੀ ਜਿੰਨੀ ਮਰਜ਼ੀ ਮਹਿੰਗੀ ਹੋ ਜਾਵੇ, ਚਾਹ ਆਪਾਂ ਦੋ ਦੋ ਤਿੰਨ ਤਿੰਨ ਵਾਰੀ ਹੀ ਦਿਨ 'ਚ ਪੀਣੀ ਆ। ਅਜੀ ਇੰਨੀ ਪੈਕ ਦੇ ਬਿਸਕਿਟ ਹੈਗੇ, ਮੈਂ ਪਹਿਲੇ ਲਿਆਈਦੇ ਸੀ, ਹੁਣ ਨਾ 2 ਰੁਪਏ ਮਹਿੰਗੇ ਹੋ ਗਏ ਆ ਤਾਂ ਕਰਕੇ ਬੰਦ ਕਰ ਦਿੱਤੇ। ਭਾਈ 2 ਰੁਪਏ ਦਾ ਫਰਕ ਪਿਆ ਤੇ ਬਿਲਕੁਲ ਬੰਦ ਹੀ ਕਰ ਦਿੱਤੇ ਤੁਸੀਂ ਲਿਆਣੇ, ਇੰਨੇ ਸਵਾਦ ਹੁੰਦੇ ਆ ਉਹ। ਓਪੋਜ਼ਿਟ ਗੱਲ ਕਰੀਏ, ਕੋਈ ਚੀਜ਼ ਮੰਨ ਲਓ ਥੋੜੀ ਜਿਹੀ ਵੀ ਸਸਤੀ ਹੋਈ, 2 ਰੁਪਏ ਵੀ ਸਸਤੀ ਹੋਈ, ਤੇ ਲੋਕੀ ਉਹਨੂੰ ਬਹੁਤ ਜ਼ਿਆਦਾ ਖਰੀਦਣ ਲੱਗ ਪੈਂਦੇ, ਜਿਹਨੂੰ ਕਿ ਪਰਫੈਕਟਲੀ ਇਲਾਸਟਿਕ ਡਿਮਾਂਡ ਆਪਾਂ ਕਹਿੰਦੇ ਹਾਂ।